ਸਤਿਗੁਰ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਕੁਲਵੀਰ ਸਿੰਘ ਦੇ ਨਾਲ ਈਟਾਲਿਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਸ਼ੁਰੂਆਤ ਕਰਦੇ ਹਾਂ ਜੀ ਸਰਦੇਈਆਂ ਦੇ ਵਿੱਚ ਲਾਗੂ ਹੋਇਆ ਨਵਾਂ ਕਾਨੂੰਨ ਜਿਸ ਕਾਨੂੰਨ ਦੇ ਹਿਸਾਬ ਦੇ ਨਾਲ ਤੁਸੀਂ ਮੋਬਾਈਲ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਹੋ ਤੁਸੀਂ ਆਈਫੋਨ ਦੇ ਲਈ ਐਂਡਰੋਇਡ ਦੇ ਲਈ ਐਪਲੀਕੇਸ਼ਨ ਬਣਾਉਣਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਉਸ ਤੋਂ ਕਮਾਈ ਵੀ ਕਰਨਾ ਚਾਹੁੰਦੇ ਹੋ ਜੇ ਸਭ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਜਾਓ ਤੇ React Native Tutorials ਇੰਜੀਨੀਅਰ ਰਿੰਦਰ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਸਿੱਖੋ ਕੇਸੇ ਹਸਾਬ ਦੇ ਨਾਲ ਬਣਾ ਸਕਦੇ ਹੋ ਜੀ ਤੁਸੀਂ ਵੀ ਐਪਲੀਕੇਸ਼ਨ ਮੋਬਾਈਲਾਂ ਦੇ ਲਈ 24 ਘੰਟੇ ਮਾਸਕ ਪਾਉਣ ਦੀ ਲੋੜ ਆ ਪਬਲਿਕ ਪਲੇਸਾਂ ਦੇ ਉੱਤੇ ਵੀ ਨਾ ਮਾਸਕ ਤੋਂ ਤੁਸੀਂ ਨਹੀਂ ਕੋ ਮਸਾਦਿਤ ਪਰ ਸਭ ਤੋਂ ਜ਼ਰੂਰੀ ਗੱਲ ਕਿ ਸਰਦੇ ਨਹੀਂ ਇਹਦੇ ਵਿੱਚ ਐਂਟਰ ਹੋਣ ਲਈ ਚਾਹੇ ਹਵਾਈ ਰਸਤੇ ਹੋ ਚਾਹੇ ਸਮੁੰਦਰ ਰਸਤੇ ਹੋ ਐਂਟਰ ਹੋਣ ਦੇ ਲਈ ਟੈਸਟ ਸੀਰੋਲੋਜੀ ਕੋ ਜਿਹੜਾ ਬਲੱਡ ਸੈਂਪਲ ਹੋ ਜੀ ਕਿਸੇ ਵੀ ਤਰ੍ਹਾਂ ਦਾ ਸੈਂਪਲ ਲਿਆ ਹੋਵੇ ਤਾਂਪੋ ਨੇ ਕੀਤਾ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਉਸ ਅਰ ਟੈਸਟ ਦੀ ਰਿਪੋਰਟ ਨੈਗੇਟਿਵ ਆਣਾ ਬਹੁਤ ਜ਼ਰੂਰੀ ਹੈ ਜੀ ਜੇਕਰ ਤੁਸੀਂ ਸਾਡੇ ਕੋਲ ਉਹ ਨੈਗੇਟਿਵ ਰਿਪੋਰਟ ਨਹੀਂ ਹੈਗੀ ਤਾਂ ਹੋ ਸਕਦਾ ਫਿਰ ਤੁਹਾਨੂੰ ਸਰਦੇਨੀਆ ਦੇ ਵਿੱਚ ਐਂਟਰੀ ਨਾ ਮਿਲੇ ਜੀ ਸਰਦੇਨੀਆ ਨੇ ਆਪਣੀ ਨੋ ਐਂਟਰੀ ਕਰ ਦਿੱਤੀ ਹੈ ਕਿਉਂਕਿ ਜੁਲਾਈ ਦੇ ਮਹੀਨੇ ਤੱਕ ਜੀ ਸਰਦੇਨੀਆ ਮੰਨਿਆ ਜਾ ਰਿਹਾ ਸੀਗਾ ਕਿ ਕੋਵਿਡ ਫ੍ਰੀ ਜੂਨ ਦੇ ਵਿੱਚ ਕੋਵਿਡ ਫ੍ਰੀ ਮੰਨਿਆ ਜਾ ਰਿਹਾ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੇ ਉੱਥੇ ਟੂਰਿਸਟ ਪਲੇਸ ਹੋਣ ਕਰਕੇ ਬੰਦੇ ਘੁੰਮ ਫਿਰ ਰਹੇ ਨੇ ਇਸ ਕਰਕੇ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਵਾਲੀ ਗੱਲ ਆ ਗਈ ਹੈ ਜੇ ਕੋਈ ਬੰਦਾ ਉੱਥੇ ਪਹੁੰਚਦਾ 에ਰਪੋਰਟ ਰਾਹੀਂ ਤੇ ਉਹਨਾਂ ਦੇ ਕੋਲ ਇਹ ਟੈਸਟ ਨਹੀਂ ਹੈਗਾ ਤਾਂ 48 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਟੈਸਟ ਕਰਨਾ ਪੈਣਾ ਹੈ ਜੀ ਉਸ ਤੋਂ ਬਾਅਦ ਅਪਡੇਟ ਜੀ ਨਾ ਇੰਗਲੈਂਡ ਤੋਂ ਆਇਆ ਜੀ ਇੰਗਲੈਂਡ ਦੇ ਵਿੱਚ ਲਾਸਟਲੇ 24 ਘੰਟਿਆਂ ਦੇ ਵਿੱਚ 3.5 ਹਜ਼ਾਰ ਨਵੇਂ ਕੇਸ ਸਾਹਮਣੇ ਆ ਗਿਆ ਜੀ ਇੰਨਾ ਜਿਹੜਾ ਕੇਸ ਆ ਮਈ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਮਈ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਨਵਾਂ ਇੰਨਾ ਜਿਹੜੀ ਗਿਣਤੀ ਆ ਵੱਡੀ ਸਾਹਮਣੇ ਆਈ ਹੈ ਜੀ ਉਸ ਤੋਂ ਬਾਅਦ ਚੱਲਦੇ ਆਂ ਜੀ ਮਿਲਾਨ ਵੱਲ ਮਿਲਾਨ ਦੇ ਵਿੱਚ ਸਵੇਰੇ 7 ਵਜੇ ਹੋਇਆ ਜੀ ਧੁਮਾਕਾ ਇੱਕ ਬਿਲਡਿੰਗ ਦੇ ਵਿੱਚ ਜੋ ਧੁਮਾਕਾ ਹੋਇਆ ਜੀ ਉਸ ਧੁਮਾਕੇ ਤੋਂ ਬਾਅਦ ਸਾਰੀ ਤਕਰੀਬਨ ਬਿਲਡਿੰਗ ਨੂੰ ਘੇਰ ਲਿਆ ਗਿਆ ਸੀਗਾ ਜੀ ਆਪਣੇ ਜਿਹੜੇ ਬਿਜਲੀਦਾਰ ਫੋਰਸ ਹੋ ਫਾਇਰ ਬ੍ਰਿਗੇਡ ਵਾਲਿਆਂ ਨੇ ਜੀ ਤੇ ਇਹ ਜਿਹੜਾ ਧੁਮਾਕੇ ਹੋਣ ਦਾ ਕਾਰਨ ਫਿਲਹਾਲ ਜੋ ਇਸ ਟਾਈਮ ਦੱਸਿਆ ਜਾ ਰਿਹਾ ਜੀ 8 ਮੰਜ਼ਲੀ ਬਿਲਡਿੰਗ ਬਿਲਡਿੰਗ ਸੀ ਜਿਹਦੇ ਵਿੱਚ ਤਿੰਨ ਤਿੰਨ ਮੰਜ਼ਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਗ ਫੈਲ ਗਈ ਹੈ ਜੀ ਬੱਚੇ ਜਿਹੜੇ ਕਾਫੀ ਬੰਦਿਆਂ ਨੂੰ ਨੁਕਸਾਨ ਹੋਇਆ ਜੀ ਅੱਗ ਲੱਗੇ ਹੈ ਜੀ ਉਹਨਾਂ ਨੂੰ ਤੇ ਮਰਨ ਦੀ ਫਿਲਹਾਲ ਅਜੇ ਇਸ ਟਾਈਮ ਕਿਸੇ ਦੀ ਜਿਹੜੀ ਰਿਪੋਰਟ ਨਹੀਂ ਆ ਰਹੀ ਹਾਂ ਜੀ ਜ਼ਿਆਦਾ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਚਾਰ ਔਰਤਾਂ ਬਾਰੇ ਦੱਸਿਆ ਜਾ ਰਿਹਾ ਜੀ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਕੰਡੀਸ਼ਨਾਂ ਦੇ ਵਿੱਚ ਹੈ ਫਿਲਹਾਲ ਇਸ ਟਾਈਮ ਜੋ ਗੱਲ ਦੱਸੀ ਜਾ ਰਹੀ ਹੈ ਉਹ ਇਹ ਹੈ ਜੀ ਕਿ ਇਹ ਜੋ ਮਿਲਾਨ ਦੇ ਵਿੱਚ ਇਸ ਬਿਸਫੋਰਟ ਹੋਇਆ ਜੀ ਦਾ ਇਹਦਾ ਕਾਰਨ ਆ ਜੀ ਫੂਗਰ ਗੈਸ ਦਸਿਆ ਜਾ ਰਹਾ ਜੀ ਜਿਹੜੀ ਗੈਸ ਆ ਗੈਸ ਲੀਕੇਜ ਜਿਹੜਾ ਇਹਨੂੰ ਬਹੁਤ ਹੀ ਵੱਡਾ ਇਹਦਾ ਕਾਰਨ ਦੱਸਿਆ ਜਾ ਰਿਹਾ ਜੀ ਗੈਸ ਤੇ ਇਹ ਜੋ ਗੈਸ ਲੀਕੇਜ ਉਹ ਧਮਾਕਾ ਹੋਇਆ ਜੀ ਸਭ ਤੋਂ ਗਰਾਉਂਡ ਫਲੋਰ ਉੱਤੇ ਹੋਇਆ ਜੀ ਉਸ ਤੋਂ ਬਾਅਦ ਜਿਹੜੀਆਂ ਉੱਤੇ ਵਾਲੇ ਸਾਰੇ ਬਿਲਡਿੰਗਾਂ ਨੂੰ ਧਮਾਕਾ ਸੁਣਿਆ ਜੀ ਤਿੰਨ ਜਿਹੜੀਆਂ ਤਿੰਨ ਮੰਜ਼ਲਾਂ ਨੇ ਉਹਨਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਯੂਕਰੇਨ ਦਾ ਬੰਦਾ ਜਿਹੜਾ ਉਸ ਅਪਾਰਟਮੈਂਟ ਦੇ ਵਿੱਚ ਸੀ ਉਹਨੂੰ ਨਾਲ ਹੀ ਹਸਪੀਟਲ ਦੇ ਵਿੱਚ ਲੈ ਕੇ ਚਲੇ ਗਿਆ ਜੀ ਬਾਕੀ ਹੋਰ ਬਹੁਤ ਸਾਰੇ ਇਸ ਟਾਈਮ ਫਟੜ ਹੋਏ ਨੇ ਜਿਨ੍ਹਾਂ ਦੀ ਇਸ ਟਾਈਮ ਦੇਖਭਾਲ ਚੱਲ ਰਹੀ ਹੈ ਜੀ ਕਿੱਥੇ ਹੋਇਆ ਜੀ ਮਿਲਾਨ ਦੇ ਵਿੱਚ ਹੋਇਆ ਜੀ ਮਿਲਾਨ ਦੇ ਵਿੱਚ ਇੱਕ ਕੋਂਡੋਮੀਨੀਓ ਹੈ ਜੀ 8-9 ਮੰਜਲੀ ਕੋਂਡੋਮੀਨੀਓ ਪਿਆਤਸਾਲੇ ਲੀਵਿਆ 20 ਪਿਆਤਸਾਲੇ ਲੀਵਿਆ 20 ਦੇ ਵਿੱਚ ਇਹ ਮਿਲਾਨ ਦੇ ਵਿੱਚ ਇਹ ਕੰਮ ਹੋਇਆ ਜੀ ਜ਼ੋਨਾ ਜਿਹੜਾ ਪੋਰਤਾ ਰੋਮਾਨਾ ਦਾ ਜ਼ੋਨਾ ਹੈ ਜੀ ਅਤੇ ਅਮਰੀਕਾ ਦੇ ਵਿੱਚ ਆਏ ਨੇ ਜੀ ਲਾਸਟਲੇ 24 ਘੰਟੇ ਦੇ ਵਿੱਚ 21113 ਕੇਸ ਸਾਹਮਣੇ ਆਏ ਜੀ 628 ਮਰੀਜ਼ਾਂ ਦੀ ਮੌਤ ਲਾਸਟਲੇ 24 ਘੰਟੇ ਦੇ ਵਿੱਚ ਹੋਈ ਜੇ ਫਰਾਂਸ ਵਿੱਚ ਜਿਹੜੇ ਹੁਣ ਹਾਲਾਤ ਨੇ ਦਿਨ ਦਿਨ ਨਾਜ਼ਕ ਹੋਈ ਜਾ ਰਹੇ ਨੇ ਨਾਜ਼ੁ ਕਿਉਂ ਹੋ ਰਹੇ ਨੇ ਖਰਾਬ ਕਿਉਂ ਹੋ ਰਹੇ ਨੇ ਕਿਉਂਕਿ ਜੀ ਲਗਾਤਾਰ ਹੁਣ ਲਾਸਟਲੇ ਹਫ਼ਤੇ ਤੋਂ ਬਹੁਤ ਹੀ ਜ਼ਿਆਦਾ ਕੇਸ ਵਧ ਰਹੇ ਨੇ ਫਰਾਂਸ ਦੇ ਵਿੱਚ ਹੁਣ 9406 ਨਵੇਂ ਕੇਸ ਲਾਸਟਲੇ 24 ਘੰਟੇ ਦੇ ਵਿੱਚ ਦਰਜ ਹੋਇਆ ਜੀ ਜੇ ਕੱਲ 9000 406 ਹੋਇਆ ਜੀ ਪਰਸੋਂ ਉੱਥੇ 9843 ਸੀ ਕਹਿਣ ਦਾ ਮਤਲਬ ਇਹਨਾਂ ਦੀ ਗਿਣਤੀ ਤਕਰੀਬਨ 10000 ਦੇ ਉੱਤੇ ਪਹੁੰਚੀ ਜਾ ਰਹੀ ਹੈ ਜੀ ਬਿੱਲੀ ਬਿੱਲੀ ਜਿਹਦੇ ਬਾਰੇ ਤੁਹਾਨੂੰ ਪਤਾ ਹੋਣਾ ਕਿ ਇੱਕ ਮੁੰਡਾ ਜਿਹਦਾ ਕੁੱਟ-ਕੁੱਟ ਕੇ ਉਹਨੂੰ 20-25 ਮਿੰਟ ਕੁੱਟਿਆ ਗਿਆ ਜੀ ਦੋ ਪਰਾਵਾਂ ਨੇ ਕੁੱਟਿਆ ਤੇ ਉਹਦੀ ਜਿਹੜੀ ਮੌਤ ਹੋ ਗਈ ਸੀ ਉਹਦੇ ਮਾਫੂਨੇ ਰਾਲੇ ਤੇ ਉਹਦੇ ਭੋਗ ਉੱਤੇ ਉਹਦੇ ਬਹੁਤ ਹੀ ਜ਼ਿਆਦਾ ਬੰਦੇ ਪਹੁੰਚੇ ਨੇ तकरीबन ਹਜ਼ਾਰ ਤੋਂ ਉੱਤੇ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ 1300 ਤੋਂ ਉੱਤੇ ਜਿਹੜੀ ਬੰਗਿਣਤੀ ਦੱਸੀ ਜਾ ਰਹੀ ਆ ਆਪਣੇ ਜੁਜੈਪੇ ਕੋਨਤੇ ਜੀ ਵੀ ਉਹਨਾਂ ਨੂੰ ਸਪੈਸ਼ਲੀ ਮਿਲਣ ਗਏ ਨੇ ਉਹਨਾਂ ਦੀ ਫੈਮਿਲੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਦੇਸ਼ ਤੁਹਾਡੇ ਨਾਲ ਆ ਜੀ ਤੁਹਾਡੀ ਫੈਮਿਲੀ ਸਾਡੀ ਫੈਮਿਲੀ ਇੱਕ ਫੈਮਿਲੀ ਹੈ ਤੁਹਾਨੂੰ ਬਹੁਤ ਹੀ ਜਲਦੀ ਇਨਸਾਫ ਮਿਲਾਇਆ ਜਾਏਗਾ ਜੀ ਉੱਧਰ ਹੀ ਦੂਜੇ ਪਾਸੇ ਜੇ ਦੇਖੀਏ ਜੀ ਪਵੀਆਂ ਦੇ ਵਿੱਚ ਵੀ 4 ਸਾਲ ਦੀ ਇੱਕ ਬੱਚੀ ਹੈ ਜੋ ਕਿ ਪੋਜ਼ਿਟਿਵ ਨਿਕਲੀ ਹੈ ਜੀ ਪੋਜ਼ਿਟਿਵ ਹੋਣ ਦੇ ਨਾਲ ਉਹਨਾਂ ਨੇ ਜਿੰਨੇ ਵੀ ਕਲਾਸ ਦੇ ਵਿੱਚ ਉਹਦੇ ਬੱਚੇ ਸੀ ਸਾਰਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ 13 ਬੱਚਿਆਂ ਸਮੇਤ ਜਿਹੜੀਆਂ ਮੈਡਮਾਂ ਸੀ ਉਹਨਾਂ ਨੂੰ ਸਾਰਿਆਂ ਨੂੰ ਹੁਣ ਕੁਆਰੰਟਾਈਨ ਕਰ ਦਿੱਤਾ ਗਿਆ ਜੀ ਉਸ ਕਲਾਸ ਨੂੰ ਚੰਗੀ ਤਰ੍ਹਾਂ ਸਪਰੇਅ ਮਾਰ-ਮਾਰ ਕੇ ਉਹਨਾਂ ਨੂੰ ਉਸ ਕਲਾਸ ਨੂੰ ਠੀਕ ਕਰ ਦਿੱਤਾ ਗਿਆ ਹੈ ਜੀ ਅਧੇ ਮਿਲੀ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਦੇ ਲਈ ਜਿਹੜੀ ਸਭ ਤੋਂ ਤੇਜ਼ ਫਾਸਟ ਜਿਹੜੀ ਆ ਜਿਹਦੇ ਨੂੰ ਪਤਾ ਲੱਗ ਜਾਂਦਾ ਫਿਰ ਕਿੰਨੇ ਟਾਈਮ ਦੇ ਵਿੱਚ ਜਉ 3-4 ਮਿੰਟ ਦੇ ਵਿੱਚ ਜਿਹੜੀ ਚੱਲ ਰਹੀ ਹੈ ਉਹਦੇ ਨਾਲ ਚੈੱਕ ਕੀਤੇ ਜਾਣਗੇ ਬੱਚੇ ਜੇ ਤੰਪੋਨੇ ਇਹਨਾਂ ਦਾ ਸਾਰੇ ਬੱਚਿਆਂ ਦਾ ਕੀਤਾ ਜਾਇਆ ਕਰਨਾ ਜੀ ਵਾਲੀ ਤੋਂ ਅਪਡੇਟ ਆ ਰਿਹਾ ਜੀ ਵਾਰਿਸ਼ ਦੇ ਵਿੱਚ ਇੱਕ ਇੱਕ ਮੁੰਡੇ ਨੇ ਜਿਹੜੀ ਦੀ ਐਕਸ ਗਰਲਫ੍ਰੈਂਡ ਉਹਦੇ ਡੈਡੀ ਨੂੰ ਉਸ ਦੇ ਡੈਡੀ ਦਾ ਕਤਲ ਕਰ ਦਿੱਤਾ ਜੀ ਕਤਲ ਕਰਨ ਦਾ ਕਾਰਨ ਜਿਹੜਾ ਫਿਲਹਾਲ ਨਹੀਂ ਦੱਸਿਆ ਜਾ ਰਿਹਾ ਉਹਨਾਂ ਦੇ ਆਪਸ ਵਿੱਚ ਲੜਾਈ ਹੋਈ ਸੀ ਉਸ ਤੋਂ ਬਾਅਦ ਉਹਨੇ ਆਪਣੀ ਜਿਹੜੀ 22 ਸਾਲ ਦੀ ਗਰਲਫ੍ਰੈਂਡ ਸੀ ਉਹਦੇ ਨਾਲ ਵੀ ਲੜਾਈ ਕੀਤੀ ਉਹਨਾਂ ਵੀ ਕੁੱਟਮਾਰ ਕੀਤੀ ਤੇ ਉਸ ਤੋਂ ਭੱਜ ਗਿਆ ਜੀ ਪੁਲਿਸ ਨੇ ਉਹਨੂੰ ਹੁਣ ਇਸ ਟਾਈਮ ਚੰਮ ਲਿਆ ਜੀ ਤੇ ਚਲੋ ਚੰਗਾ ਜੀ ਸੱਚੀ ਗੱਲ ਸਾਰਿਆਂ ਨੂੰ ਇਸ ਸਾਡੀ ਅੰਜ ਦੀਆਂ ਫਲੈਸ਼ ਨਿਊਜ਼ਾਂ ਉਮੀਦ ਕਰਦੇ ਰਹੇਗੇ ਤੁਹਾਨੂੰ ਸਾਡੀ ਅੰਜ ਦੀਆਂ ਫਲੈਸ਼ ਨਿਊਜ਼ ਤਾਂ ਵਧੀਆ ਲੱਗੀ ਹੋਊਗੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਸ਼ਾਮ ਦੀਆਂ ਖਬਰਾਂ ਦੇ ਵਿੱਚ ਅਸੀਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਜਿੱਦਾਂ ਕਿ ਇੱਕ ਸਵਾਲ ਬਹੁਤ ਹੀ ਜ਼ਿਆਦਾ ਪੁੱਛਿਆ ਜਾ ਰਿਹਾ ਕਿ ਕੀ ਸਕੂਲ ਬੱਚਿਆਂ ਨੂੰ ਭੇਜਣਾ ਸੇਫ ਹੈ ਜੀ ਬੱਚੇ ਭੇਜਣੇ ਚਾਹੀਦੇ ਜਾਂ ਨਹੀਂ ਚਾਹੀਦੇ ਦੇਖਿਆ ਅਸੀਂ ਬੱਚਿਆਂ ਨੂੰ ਸਕੂਲੇ ਨਹੀਂ ਭੇਜਦੇ ਤਾਂ ਫਿਰ ਕੀ ਹੁੰਦਾ ਜੀ ਅਸੀਂ ਕਮੈਂਟਾਂ ਦੇ ਵਿੱਚ ਬਹੁਤ ਵਾਰ ਰਿਪਲਾਈ ਕੀਤੀ ਹੈ ਪਰ ਫਿਰ ਵੀ ਐਸੇ ਸਵਾਲ ਨੂੰ ਪੁੱਛਿਆ ਜਾਂਦਾ ਤੇ ਇਸ ਸਵਾਲ ਬਾਰੇ ਵੀ ਅਸੀਂ ਜਵਾਬ ਦੇਵਾਂਗੇ ਹੋਰ ਵੀ ਬਹੁਤ ਸਾਰੀਆਂ ਖਬਰਾਂ ਨੇ ਜੋ ਕਿ ਅੱਜ ਸ਼ਾਮ ਦੇ ਅਪਡੇਟ ਦੇ ਵਿੱਚ ਅਸੀਂ ਕਰਾਂਗੇ ਜੀ ਸ਼ਾਮ ਦਾ ਅਪਡੇਟ ਜ਼ਰੂਰ ਦੇਖਿਓ ਜੀ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸੋਰੇ ਸੀ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਮਿਲਦੇ ਹਾਂ ਜੀ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ